ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਰਨ ਅਬਾਊਟ CSE ਦੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਸਮਝਾਂਗੇ ਕਿ DBMS ਕੀ ਹੁੰਦਾ ਹੈ, ਯਾਨੀ ਕਿ ਡੇਟਾਬੇਸ ਮੈਨੇਜਮੈਂਟ ਸਿਸਟਮ ਕੀ ਹੁੰਦਾ ਹੈ। ਇਸ ਵੀਡੀਓ ਦੇ ਵਿੱਚ ਆਪਾਂ ਦੇਖਾਂਗੇ ਕਿ ਵਾਟ ਇਜ਼ ਦੀ DBMS ਵਰਕਿੰਗ ਫੀਚਰ ਅਤੇ ਕੁਛ ਰੀਅਲ ਟਾਈਮ ਐਗਜ਼ਾਮਪਲਸ ਦੇ ਨਾਲ ਇਹਨੂੰ ਸਮਝਾਂ ਕਿ ਕਿੱਥੇ ਕਿੱਥੇ ਵਰਤੋਂ ਦੇ ਵਿੱਚ ਆਉਂਦਾ। DBMS ਡੇਟਾਬੇਸ ਮੈਨੇਜਮੈਂਟ ਸਿਸਟਮ, ਇਹ ਕਰਨ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਡੇਟਾਬੇਸ ਕੀ ਹੁੰਦਾ ਹੈ। ਓਬਵੀਅਸਲੀ ਸਾਰਿਆਂ ਨੂੰ ਪਤਾ ਹੈ ਕਿ ਡੇਟਾਬੇਸ ਡੇਟਾ ਨੂੰ ਸਟੋਰ ਕਰਨ ਵਾਲਾ ਡੇਟਾਬੇਸ, ਮਤਲਬ ਕਿ ਜਿੱਥੇ ਸਾਡਾ ਡੇਟਾ ਸਟੋਰ ਹੁੰਦਾ ਹੈ। ਹੁਣ ਡੇਟਾ ਸਾਡਾ ਕੋਈ ਵੀ ਹੋ ਸਕਦਾ ਹੈ, ਸਾਡੀ ਫੋਟੋ ਹੋ ਸਕਦੀ ਹੈ, ਕੋਈ ਗਾਣਾ ਹੋ ਸਕਦਾ ਹੈ, ਕੋਈ ਸ਼ੀਟ ਹੋ ਸਕਦੀ ਹੈ, ਕੁਛ ਵੀ, ਕਿਤੇ ਨਾ ਕਿਤੇ ਤਾਂ ਉਹਨੇ ਸਟੋਰ ਹੋਣਾ ਹੀ ਹੈ, ਠੀਕ ਹੈ ਜੀ। ਉਹਨੂੰ ਸਟੋਰ ਕੌਣ ਕਰਦਾ? ਡੇਟਾਬੇਸ। ਫਿਰ ਤੁਸੀਂ ਇਹ ਵੀ ਕਹਿ ਸਕਦੇ ਹੈ ਕਿ ਭਾਈ ਡੇਟਾਬੇਸ ਤਾਂ ਯੂਜ਼ਰ ਸਿੱਧਾ ਡੇਟਾਬੇਸ ਦੇ ਵਿੱਚ ਵੀ ਆਪਣੀ ਕੋਈ ਅਪਲੋਡ ਕਰ ਸਕਦਾ ਆ, ਫਿਰ DBMS ਦੀ ਕਿਉਂ ਜ਼ਰੂਰਤ ਪਈ? ਹੁਣ ਤੁਸੀਂ ਇਹ ਦੇਖੋ ਕਿ ਆਪਾਂ ਡੇਲੀ ਲਾਈਫ ਦੇ ਵਿੱਚ ਹਰ ਰੋਜ਼ ਪਤਾ ਨਹੀਂ ਕਿੰਨੇ ਹੀ ਡੇਟਾ ਜਨਰੇਟ ਕਰਦੇ ਪਏ ਹਾਂ। ਤੁਸੀਂ ਹਰ ਕੋਈ ਆਪਣੀਆਂ ਸਟੋਰੀਜ਼ ਪਾਉਂਦਾ ਆ, ਇੰਸਟਾਗ੍ਰਾਮ 'ਤੇ ਕੋਈ ਫੋਟੋਜ਼ ਅਪਲੋਡ ਕਰਦਾ ਆ, ਕੁਛ ਨਾ ਕੁਛ ਹੁੰਦਾ ਪਿਆ ਆ, ਠੀਕ ਹੈ। ਤਾਂ ਬਹੁਤ ਸਾਰਾ ਡੇਟਾ ਹੀ ਜਨਰੇਟ ਹੁੰਦਾ ਆ ਤੇ ਸਟੋਰ ਵੀ ਹੁੰਦਾ ਹੈ। ਹੁਣ ਇਸੇ ਕਰਕੇ ਸਾਡੇ ਕੋਲ ਕੀ ਆਇਆ ਫਿਰ? ਡੇਟਾਬੇਸ ਮੈਨੇਜਮੈਂਟ ਸਿਸਟਮ। ਨਾਮ ਤੋਂ ਪਤਾ ਚੱਲਦਾ ਕਿ ਮੈਨੇਜਮੈਂਟ ਸਿਸਟਮ ਇਹ ਇੱਕ ਉਹ ਵਾਲਾ ਸਿਸਟਮ ਆ ਜਿਹੜਾ ਕੀ ਮੈਨੇਜ ਕਰਦਾ? ਡੇਟਾਬੇਸ। ਹੁਣ ਮੈਨੇਜ ਦਾ ਮਤਲਬ ਕਿ ਜਿਵੇਂ ਤੁਹਾਡੇ ਕੋਲ ਕੱਪੜੇ ਪਏ ਆ, ਉਹਨੂੰ ਤੁਸੀਂ ਇੱਕ ਤਾਂ ਖਿਲਰੇ ਪਏ ਆ, ਇੱਕ ਤੁਸੀਂ ਉਹਨੂੰ ਵਧੀਆ ਤਰੀਕੇ ਨਾਲ ਤਹਿ ਵਹਿ ਲਾ ਕੇ ਇੱਕ ਰੈਕ ਦੇ ਵਿੱਚ ਟਿਕਾ ਦਿਓ, ਠੀਕ ਹੈ, ਉਹ ਰੱਖਣ ਦਾ ਵੇ ਹੈ। ਸੇਮ ਇੱਦੇ ਹੀ ਡੇਟਾਬੇਸ ਨੂੰ ਮੈਨੇਜ ਕਰਨ ਦਾ ਜਿਹੜਾ ਸਿਸਟਮ ਆ ਉਹਨੂੰ ਕੀ ਕਹਿੰਦੇ ਆ ਆਪਾਂ? DBMS, ਠੀਕ ਹੈ। ਨਾਮ ਤੋਂ ਪਤਾ ਚੱਲਦਾ ਕਿ ਡੇਟਾਬੇਸ ਮੈਨੇਜਮੈਂਟ ਸਿਸਟਮ ਕੀ ਹੈ। ਡੇਟਾਬੇਸ ਨੂੰ ਮੈਨੀਪੁਲੇਟ ਕਰਨ ਲਈ, ਮੈਨੇਜ ਕਰਨ ਲਈ, ਕ੍ਰੀਏਟ ਕਰਨ ਲਈ ਜਿਹੜਾ ਸਾਡੀ ਮਦਦ ਕਰੇ ਉਹ ਵਾਲੇ ਸੋਫਟਵੇਅਰ ਨੂੰ ਕੀ ਕਿਹਾ ਜਾਂਦਾ ਆ? ਡੇਟਾਬੇਸ ਮੈਨੇਜਮੈਂਟ ਸਿਸਟਮ। ਹੁਣ ਜਿਵੇਂ ਦੇਖੋ ਕਿ ਇਹ ਯੂਜ਼ਰ ਆ, ਠੀਕ ਹੈ ਜੀ, ਇਹ ਯੂਜ਼ਰ ਡੇਟਾਬੇਸ ਨਾਲ ਇੰਟਰੈਕਟ ਕਰਨਾ, APIs ਯੂਜ ਕੀਤੀਆਂ, DBMS ਦੇ ਕੋਲ ਗਿਆ, DBMS ਨੇ ਆਪਣੇ ਅਕੋਰਡਿੰਗ ਡੇਟਾਬੇਸ ਦੇ ਵਿੱਚ ਇਹਦਾ ਡੇਟਾ ਸਟੋਰ ਕਰਤਾ, ਕਿੱਥੇ ਭੇਜਿਆ, ਕਿੱਥੇ ਭੇਜਿਆ ਸਿਰਫ ਇਹਨੂੰ ਪਤਾ, ਠੀਕ ਹੈ ਜੀ। ਇਟ ਅਲਾਉ ਯੂਜ਼ਰ ਟੂ ਸਟੋਰ ਡੇਟਾ ਇਨ ਐਨ ਔਰਗਨਾਈਜ਼ਡ ਵੇ ਐਂਡ ਰੀਟ੍ਰਾਈਵ ਇਟ ਵੈਨ ਨੀਡਡ, ਠੀਕ ਹੈ। ਇਹ ਯੂਜ਼ਰ ਨੂੰ ਕੀ ਅਲਾਉ ਕਰਦਾ? ਡੇਟਾ ਨੂੰ ਇੱਕ ਵਧੀਆ ਔਰਗਨਾਈਜ਼ਡ ਵੇ, ਜਿਵੇਂ ਕਿ ਤੁਹਾਨੂੰ ਦੱਸਿਆ ਸੀ ਕਿ ਤੁਹਾਡੇ ਕੱਪੜੇ ਪਏ ਆ, ਉਸ ਤੋਂ ਬਾਅਦ ਤੁਸੀਂ ਉਹਨੂੰ ਤਹਿ ਲਾ ਕੇ ਰੱਖਤਾ, ਇੱਕ ਔਰਗਨਾਈਜ਼ਡ ਵੇ ਦੇ ਨਾਲ ਤਹਿ ਕਰਤਾ, ਅਤੇ ਜਦੋਂ ਤੁਹਾਨੂੰ ਜ਼ਰੂਰਤ ਪਈ, ਤੁਸੀਂ ਕਿਹਾ ਕਿ ਥੱਲੇ ਵਾਲੀ ਸ਼ਰਟ ਪਈ ਆ, ਮੈਂ ਪਹਿਲਾਂ ਉਹ ਪਾਉਣੀ ਆ, ਠੀਕ ਹੈ। ਜਦੋਂ ਵੀ ਤੁਹਾਨੂੰ ਜ਼ਰੂਰਤ ਪੈਣੀ ਡੇਟਾ ਦੀ, ਤੁਸੀਂ ਇਹ ਤੋਂ ਦੁਬਾਰਾ ਮੰਗਵਾ ਸਕਦੇ ਹੈ। ਤੁਸੀਂ ਇਹਨੂੰ ਰਿਕੁਐਸਟ ਕਰਨੀ ਹੈ ਡੇਟਾਬੇਸ, DBMS ਨੇ ਅੱਗੇ ਡੇਟਾਬੇਸ ਦੇ ਵਿੱਚ ਝਾਕੀ ਮਾਰਨੀ ਆ, ਜਦੋਂ ਕੋਈ ਵੀ ਉਹਨੂੰ ਮਿਲ ਗਿਆ, ਠੀਕ ਹੈ, ਉਹਨੇ ਤੁਹਾਡੀ ਕਮਾਂਡ ਦਾ ਰਿਸਪੋਂਸ ਦੇਣਾ ਆ, ਠੀਕ ਹੈ ਜੀ। ਅ DBMS ਪ੍ਰੋਵਾਈਡ ਦਾ ਸਿਸਟਮੈਟਿਕ ਵੇ ਟੂ ਹੈਂਡਲ ਦਾ ਡੇਟਾ। ਸਾਨੂੰ ਕੀ ਪ੍ਰੋਵਾਈਡ ਕਰਦਾ ਹੈ? ਕਿ ਸਿਸਟਮੈਟਿਕ ਵੇ ਪ੍ਰੋਵਾਈਡ ਕਰਦਾ ਆ ਡੇਟਾ ਨੂੰ ਕਿਵੇਂ ਹੈਂਡਲ ਕਰਨਾ, ਇਨਸ਼ੋਰਿੰਗ ਇਟ ਇੰਟੀਗ੍ਰੇਟਿੰਗ ਸਿਕਿਉਰਿਟੀ ਐਂਡ ਈਜ਼ੀ ਐਕਸੈਸ, ਠੀਕ ਹੈ। ਕਿਤੇ ਵੀ ਡੇਟਾ ਤੁਹਾਡਾ ਲੋਸ ਨਹੀਂ ਹੁੰਦਾ, ਇੱਦਾਂ ਨਹੀਂ ਵੀ ਤੁਸੀਂ ਅਪਲੋਡ ਕਰਤਾ ਤੁਹਾਨੂੰ ਫੋਟੋ ਮਿਲੀ ਨਹੀਂ, ਠੀਕ ਹੈ। ਜਿਵੇਂ ਤੁਸੀਂ ਇੰਸਟਾਗ੍ਰਾਮ 'ਤੇ ਅਪਲੋਡ ਪਾਈ, ਮਹੀਨੇ ਆ ਪਹਿਲਾਂ ਜਿਹੜੀ ਫੋਟੋ ਪਾਈ ਹੋਣੀ ਉਹ ਵੀ ਤੁਹਾਨੂੰ ਉੱਥੇ ਮਿਲਣੀ ਆ, ਠੀਕ ਹੈ। ਕਦੇ ਇੱਦਾਂ ਨਹੀਂ ਹੋਇਆ ਕਿ ਤੁਸੀਂ ਫੋਟੋ ਪਾਈ ਤੁਹਾਨੂੰ ਮਿਲੀ ਨਹੀਂ, ਵੀਡੀਓ ਅਪਲੋਡ ਕੀਤੀ ਮਿਲੀ ਨਹੀਂ, ਠੀਕ ਹੈ। ਸਿਕਿਉਰਿਟੀ, ਠੀਕ ਹੈ, ਸਿਕਿਉਰਿਟੀ ਵੀ ਪ੍ਰੋਵਾਈਡ ਕਰਦਾ ਹੈ ਕਿ ਹਾਂ ਜੇ ਤੁਸੀਂ ਸਾਡੀ ਫੋਟੋ ਤਾਂ ਤੁਹਾਡੇ ਅਕਾਊਂਟ 'ਚ ਰਹਿਣੀ ਹੈ, ਠੀਕ ਹੈ। ਈਜ਼ੀ ਐਕਸੈਸ, ਜਿੱਥੇ ਮਰਜ਼ੀ ਬੈਠ ਕੇ ਤੁਸੀਂ ਇਹਨੂੰ ਚਲਾ ਸਕਦੇ, ਯੂਜ਼ ਕਰ ਸਕਦੇ ਆ। ਉਮੀਦ ਕਰਦਾ ਕਿ DBMS ਸਮਝ ਆ ਗਿਆ ਹੋਵੇਗਾ ਕਿ DBMS ਕੀ ਹੈ। ਹੁਣ ਆਪਾਂ ਗੱਲ ਕਰਦੇ ਹਾਂ ਕਿ DBMS ਕਿਵੇਂ ਕੰਮ ਕਰਦਾ। ਆ ਕਲਾਇੰਟ ਆ, ਕਲਾਇੰਟ ਦਾ ਮਤਲਬ ਯੂਜ਼ਰ। ਤੁਸੀਂ ਆਪਣੇ ਐਂਡ ਦੇ ਉੱਤੇ ਵੀ ਕੀ ਕਰ ਸਕਦੇ ਆ, ਇਹਨੂੰ ਸਮਝ ਸਕਦੇ ਹਾਂ ਕਿ ਜਿਹੜਾ ਕਲਾਇੰਟ ਆ ਤੁਸੀਂ ਆ, ਤੁਸੀਂ ਇੱਕ ਐਪਲੀਕੇਸ਼ਨ ਯੂਜ਼ ਕੀਤੀ ਆ, ਠੀਕ ਹੈ। ਐਪਲੀਕੇਸ਼ਨ ਰਾਹੀਂ ਡੇਟਾ ਦੇਖਣ ਦੇ ਲਈ ਤੁਸੀਂ ਕੀ ਕੀਤਾ? ਸਰਚ ਕੀਤਾ, ਠੀਕ ਹੈ। DBMS ਦੇ ਕੋਲ ਰਿਕੁਐਸਟ ਕੀ? DBMS ਨੇ ਕੰਪਿਊਟਰ ਨੈਟਵਰਕ ਦੇ ਦੌਰਾਨ, ਮਤਲਬ ਇੰਟਰਨੈਟ ਦੇ ਦੌਰਾਨ, ਆਪਣੇ DBMS ਸਰਵਰ ਦੇ ਨਾਲ ਕੀ ਕੀਤਾ? ਲਿੰਕ ਬਣਾਇਆ। ਆਹ ਸਾਡਾ ਸੀਗਾ ਕਲਾਇੰਟ ਦਾ DBMS, ਆਹ ਸਾਡਾ ਸੀਗਾ ਸਰਵਰ ਦਾ DBMS। ਇਹਨੇ ਰਿਕੁਐਸਟ ਇਹਦੇ ਕੋਲ ਗਈ, ਇੱਥੇ ਜਾਣ ਤੋਂ ਬਾਅਦ ਫਿਰ ਉਹਨੇ ਦੇਖੀ ਕਿ ਤੇਰਾ ਜਿਹੜਾ ਤੁਸੀਂ ਕਲਾਇੰਟ ਨੇ ਰਿਕੁਐਸਟ ਕੀਤੀ ਆ ਉਹ ਡੇਟਾ ਇਸ ਡੇਟਾਬੇਸ ਦੇ ਵਿੱਚ ਆ, ਇਸ ਡੇਟਾਬੇਸ ਦੇ ਵਿੱਚ ਆ, ਜਾਂ ਇਸ ਡੇਟਾਬੇਸ ਦੇ ਵਿੱਚ ਆ। ਜਿੱਥੋਂ ਉਹਨੂੰ ਡੇਟਾ ਮਿਲ ਗਿਆ ਉਹਨੇ ਫਿਰ ਬੈਕ DBMS ਸਰਵਰ ਦੇ ਕੋਲ, ਉਹਨੇ ਫਿਰ ਲੋਕਲ ਆਪਣੇ DBMS ਕਲਾਇੰਟ ਦੇ ਸਰਵਰ ਦੇ ਕੋਲ, ਫਿਰ ਸਾਡੇ ਐਪਲੀਕੇਸ਼ਨ 'ਤੇ, ਫਿਰ ਸਾਡੇ ਕਲਾਇੰਟ ਦੇ ਕੋਲ ਉਹ ਚੀਜ਼ ਉਹਨੂੰ ਮਿਲ ਗਈ। ਇਹ ਸੀਗਾ DBMS ਕਿਵੇਂ ਰਿਕੁਐਸਟ ਨੂੰ ਰਿਸਪੋਂਸ ਦਿੰਦਾ ਆ, ਠੀਕ ਹੈ ਜੀ। ਕੀ ਫੀਚਰਸ ਆਫ DBMS?
ਫੀਚਰਸ ਤਾਂ ਮਤਲਬ ਸਾਰਿਆਂ ਨੂੰ ਪਤਾ ਹੀ ਹੋਣਾ ਹੈ, ਨੋਰਮਲੀ ਦੱਸਣ ਦੀ ਲੋੜ ਨਹੀਂ। ਜਿਵੇਂ ਕੋਈ ਵੀ ਮੋਬਾਈਲ ਫੋਨ ਆਪਾਂ ਚਲਾਉਂਦੇ ਹਾਂ ਤਾਂ ਸਭ ਤੋਂ ਪਹਿਲਾਂ ਦੇ ਦੇਣ ਕਿ ਇਹਦੇ ਫੀਚਰਸ ਕੀ ਆ। ਸੇਮ ਇਦਾਂ ਹੀ DVMS ਲਿਆਉਣ ਦੇ ਸਾਡੇ ਫੀਚਰਸ ਕੀ ਆ, ਠੀਕ ਹੈ। ਡੇਟਾ ਨੂੰ ਸਟੋਰ ਕਰਨਾ, ਡੇਟਾ ਨੂੰ ਟੇਬਲ ਦੀ ਫੋਰਮ ਦੇ ਵਿੱਚ ਇੱਕ ਸਟਰਕਚਰਲ ਡੇਟਾ ਨੂੰ ਕੀ ਕਰਦਾ ਜੀ, ਸਟੋਰ ਕਰਦਾ ਹੈ, ਮੈਨੇਜ ਕਰਦਾ ਹੈ। ਹੁਣ ਤੁਹਾਡੀਆਂ ਬੁੱਕਸ ਐਡੇ ਖਿਲਰੀਆਂ ਪਈਆਂ, ਤੁਸੀਂ ਰੈਕ ਬਣਾਏ, ਰੈਕ ਬਣਾ ਕੇ ਉੱਤੇ ਟਿਕਾ ਦਿੱਤੇ, ਠੀਕ ਹੈ। ਤੇ ਤੁਹਾਨੂੰ ਕੋਈ ਬੁੱਕ ਲੱਭਣੀ ਈਜ਼ੀਲੀ ਹੋਊਗੀ ਜਾਂ ਦਿੱਕਤ ਹੋਊਗੀ? ਓਬਵੀਅਸਲੀ ਈਜ਼ੀ ਹੋਊਗਾ। ਡੇਟਾ ਸਟੋਰਡ ਇਨ ਟੇਬਲਸ ਮੇਕਿੰਗ ਇਟ ਈਜ਼ੀ ਟੂ ਫਾਈਂਡ ਐਂਡ ਔਰਗਨਾਈਜ਼, ਠੀਕ ਹੈ। ਰੀਟਰਾਈਵਲ, ਯੂਜ਼ਰ ਕੈਨ ਕੁਇਕਲੀ ਸਰਚ ਐਂਡ ਰੀਟਰਾਈਵ ਦਾ ਸਪੈਸਿਫਿਕ ਇਨਫੋਰਮੇਸ਼ਨ। ਹੁਣ ਕੋਈ ਬੁੱਕ ਮੈਂ ਘੱਟੋ ਘੱਟ 50 ਬੁੱਕਸ ਕਰੈਕਟ ਟਿਕਾਤੀ ਹੈ, ਹੁਣ ਸਾਨੂੰ ਈਜ਼ੀਲੀ ਕਿੱਦਾਂ ਲੱਭੇਗੀ? ਜਦੋਂ ਵਧੀਆ ਤਰੀਕੇ ਨਾਲ ਟਿਕਾਈਆਂ ਹੋਣਗੀਆਂ। ਹੁਣ ਕੋਈ ਵੀ ਬੁੱਕ ਮੈਨੂੰ ਚਾਹੀਦੀ ਆ ਆਪਣੇ ਰਿਕੁਆਇਰਮੈਂਟ ਦੇ ਅਕੋਰਡਿੰਗ, ਮੈਂ ਉੱਥੋਂ ਦੇਖੂੰਗਾ ਅਤੇ ਲੈ ਲੂੰਗਾ। ਮੈਨੂਪਲੇਟ, ਕੋਈ ਵੀ ਡੇਟਾ ਨੂੰ ਤੁਸੀਂ ਕੀ ਕਰ ਸਕਦੇ ਆ, ਅਪਡੇਟ ਕਰ ਸਕਦੇ ਆ, ਨਵਾਂ ਐਡ ਕਰ ਸਕਦੇ ਆ, ਪੁਰਾਣਾ ਡਿਲੀਟ ਕਰ ਸਕਦੇ ਆ ਐਜ਼ ਨੀਡਿਡ, ਠੀਕ ਹੈ ਜੀ। ਸਿਕਿਉਰਿਟੀ, ਅਨਔਥੋਰਾਈਜ਼ਡ ਐਕਸੈਸ ਨਹੀਂ ਦਿੰਦਾ, ਡੇਟਾ ਨੂੰ ਪ੍ਰੋਟੈਕਟ ਕਰਕੇ ਰੱਖਦਾ ਆ, ਠੀਕ ਹੈ। ਇੰਟੀਗ੍ਰਿਟੀ, ਇਨਸ਼ੋਰ ਦਾ ਡੇਟਾ ਇਜ਼ ਐਕੂਰੇਟ ਐਂਡ ਕੰਸਿਸਟੈਂਟ, ਠੀਕ ਹੈ। ਹੁਣ ਆਪਾਂ ਗੱਲ ਕਰਦੇ ਹਾਂ ਕਿ ਡੇਲੀ ਲਾਈਫ ਦੇ ਵਿੱਚ DVMS ਕਿੱਥੇ ਯੂਜ਼ ਹੁੰਦਾ ਆ। ਫੋਰ ਐਗਜ਼ਾਮਪਲ, ਲਾਇਬ੍ਰੇਰੀ ਸਿਸਟਮ। ਹੁਣ ਲਾਇਬ੍ਰੇਰੀ ਦਾ ਕੋਈ ਲਾਇਬ੍ਰੇਰੀਅਨ ਆ, ਤੁਸੀਂ ਬੁੱਕ ਦੇਖ ਗਏ। ਹੁਣ ਇੱਕ ਵੱਡੀ ਲਾਇਬ੍ਰੇਰੀ ਆ, ਉਹਦੇ ਵਿੱਚ ਬਹੁਤ ਸਾਰੇ ਲੋਕ ਆਉਂਦੇ ਆ, ਬਹੁਤ ਸਾਰੇ ਲੋਕ ਪੜ੍ਹਨ ਆਉਂਦੇ, ਬਹੁਤ ਸਾਰੇ ਲੋਕ ਬੁੱਕਸ ਨੂੰ ਲੈ ਕੇ ਜਾਂਦੇ ਆ। ਹੁਣ ਲਾਇਬ੍ਰੇਰੀਅਨ ਕਿਵੇਂ ਮੈਨੇਜ ਰੱਖੂਗਾ, ਠੀਕ ਹੈ। ਹੁਣ ਆਪਾਂ DVMS ਦੀ ਮਦਦ ਦੇ ਨਾਲ ਆਪਣੇ ਜਿਹੜੀਆਂ ਨੇ ਬੁੱਕਸ ਲੈ ਕੇ ਗਏ ਹੋ ਉਹਨਾਂ ਦੇ ਬੋਰੋਅਰਸ ਤੇ, ਅਤੇ ਬੁੱਕਸ ਨੂੰ ਟਰੈਕ ਕਰ ਸਕਦੇ ਕਿ ਕਿਹੜੀ ਬੁੱਕ ਸਾਡੇ ਕੋਲੋਂ ਲੈ ਕੇ ਗਏ ਆ ਜਾਂ ਕਿਹੜੀ ਸਾਡੇ ਕੋਲ ਅਵੇਲੇਬਲ ਹੈ। ਔਨਲਾਈਨ ਸ਼ਾਪਿੰਗ, ਠੀਕ ਹੈ। ਹੁਣ ਐਮਾਜ਼ੋਨ ਆ, ਐਮਾਜ਼ੋਨ ਆਪਣੇ ਕਸਟਮਰ ਨੂੰ ਕਿਵੇਂ ਮੈਨੇਜ ਕਰਦਾ ਹੋਊਗਾ, ਠੀਕ ਹੈ, ਸੇਮ DVMS ਦੀ ਮਦਦ ਨਾਲ। ਪ੍ਰੋਡਕਟ ਨੂੰ ਮੈਨੇਜ ਕਰਦਾ, ਕਸਟਮਰਸ ਨੂੰ, ਕਸਟਮਰਸ ਦੇ ਆਰਡਰਸ ਨੂੰ ਮੈਨੇਜ ਕਰਦਾ ਆ, ਠੀਕ ਹੈ। ਡੇਟਾਬੇਸ ਹਰ ਇੱਕ ਦਾ ਹੋਣਾ ਹੀ ਹੋਣਾ ਹੈ, ਚਾਹੇ ਉਹ ਜਿਹੜੀ ਮਰਜ਼ੀ ਚੀਜ਼ ਹੈ। ਫੋਰ ਐਗਜ਼ਾਮਪਲ, ਆਪਾਂ ਆਪਣੇ ਕਾਲਜ ਦੀ ਗੱਲ ਕਰ ਲੈਂਦੇ ਹਾਂ। ਕਾਲਜ ਦੇ ਵਿੱਚ ਇੱਕ ਉਹ ਵਾਲੀ ਥਾਂ ਤਾਂ ਹੋਏਗੀ ਜਿੱਥੋਂ ਸਾਰੀ ਚੀਜ਼ ਨੂੰ ਕੀ ਕੀਤਾ ਜਾਂਦਾ, ਮੈਨੇਜ ਕੀਤਾ ਜਾਂਦਾ ਆ, ਠੀਕ ਹੈ। ਸੋਸ਼ਲ ਮੀਡੀਆ, ਟੂ ਸਟੋਰ ਯੂਜ਼ਰ ਪ੍ਰੋਫਾਈਲਸ ਐਂਡ ਪੋਸਟ, ਜਿਵੇਂ ਤੁਹਾਨੂੰ ਪਹਿਲਾਂ ਇੰਸਟਾਗ੍ਰਾਮ ਦੀ ਐਗਜ਼ਾਮਪਲ ਦਿੱਤੀ ਸੀਗੀ, ਠੀਕ ਹੈ ਜੀ। ਸਕੂਲ ਮੈਨੇਜਮੈਂਟ, ਮੇਨਟੇਨ ਦਾ ਸਟੂਡੈਂਟ ਰਿਕਾਰਡ ਐਂਡ ਗ੍ਰੇਡਸ, ਠੀਕ ਹੈ। ਬੈਂਕਿੰਗ, ਮੈਨੇਜ ਕਸਟਮਰ ਅਕਾਊਂਟਸ ਐਂਡ ਟ੍ਰਾਂਜੈਕਸ਼ਨਸ,